Assalamualaikum sir. Waalaikum sir. Sir, क्या हाल है? उम्रे ना थाने खाई जाना. हैं? तो तेरी आता है? ठेकेदार ने कहीं खान तो बात हो रही है. हाँ तो क्या? ठेकेदार के डा? हाँ जी. ठेकेदार. अल्लाह ने प्यारा हो गया. हाँ तो गया ना पहले इदा खाई था यार तुसी इदा नाल खा रहे बेटे दिमाग खराब था डा नहीं नहीं जनाब वैसे मैं कह चलो कोई जाने नजर बटू भी होना चाहिए कोई ओ भाई नजर बटू तो हैगा तो हाथ आ तो गया ओए उरे आ यार एक मिनट गल सुन ओ तो बे और भाई ठीक ठाक शुक्र अल्लाह ए तू खा रहा सी तदी मरे किरक आ रही है पैसे पा के नहीं नहीं कमेटी निकली सी वो ज़्यादा और ठेकेदार तेरा केड़ा मर गया है ठेकेदार इटा वाला सी तू की करदा मैं मजदूरी करदा ही उधर ठेकेदार ना तो मजदूरी करदा सी पक्का पक्का उधर नाल सी हाँ जी हुन क्या है वो अल्लाह ने प्यारा हो गया ते तेनु की तकलीफ है तू क्यों नहीं होंदे है हाँ जी मेरी खुराक ठीक है जी वो तो नहीं ठीक नहीं जी बेटा तेरी इन्नी ठीक है तू तो सीधी भी खा जाना सी तेरी मर गया ਮਨੇ ਸਾਲਾਂ ਤੋਂ ਬਗੈਰ ਬੁਰਕੀ ਖਾਦੀ ਫਸ ਗਈ ਕੱਲੀ ਕੱਲੀ ਅੱਲਾ ਨੂੰ ਪਿਆਰਾ ਹੋ ਗਿਆ ਉਹ ਤਾਂ ਪਿਆਰਾ ਹੋ ਗਿਆ ਤੂੰ ਕਿਤੇ ਅੱਲਾ ਨੂੰ ਬੁਰਾ ਹੀ ਹੋ ਜਾ ਅੱਛਾ ਮਰਿਆ ਕਿੱਦਾਂ ਠੇਕੇਦਾਰ ਉਹਦੇ ਨਾਸਾ ਜਿੱਟ ਵਜੀ ਦਿਮਾਗ 'ਚੋਂ ਖੂਨ ਨਿਕਲਦਾ ਸੀ ਨਾਸਾ ਜਿੱਟ ਵਜੀ ਖੂਨ ਕਿੱਥੋਂ ਨਿਕਲਿਆ ਦਿਮਾਗ 'ਚੋਂ ਦਿਮਾਗ 'ਚੋਂ ਹਾਂਜੀ ਓਏ ਹੋਏ ਇਹ ਪੈਣ ਬੜਾ ਮਸਲਾ ਹੁੰਦਾ ਹਾਂਜੀ ਉਸਤਾਦ ਜੀ ਸਾਡੇ ਘਰ ਦੇ ਸਾਹਮਣੇ ਇੱਕ ਮਜ਼ਦੂਰ ਨੇ ਇੰਜ ਕਰਕੇ ਇੱਟ ਮਾਰੀ ਹੈ ਬਾਬਾ ਜੀ ਉਹਦੇ ਆਹ ਵਜੀ ਮਿਸਤਰੀ ਦੇ ਠੇਕੇਦਾਰ ਦੇ ਉਸਤਾਦ ਕੀ ਨਾਂ ਤੇਰਾ ਜੀ ਸ਼ਾਨ ਉਹਦੇ ਪਾਜੀ ਆ ਵੱਜੀ ਆ ਇੰਜ ਵੱਜ ਕੇ ਇੰਜ ਗਈ ਤਾਣ ਉਸਤਾਦ ਜੀ ਇਹ ਲਾਤੋ ਦੀ ਖੂਨੋ ਖੂਨ ਸਾਰੀ ਨੌ ਟਾਂਕੇ ਲੱਗੇ ਇੱਥੇ ਉਹਦੇ ਛੇ ਮਹੀਨੇ ਮੰਜੀ ਤੇ ਉੱਠਿਆ ਬਾਂਹ ਬੰਨੀ ਫਿਰਦਾ ਰਿਹਾ ਜੀ ਖੱਬਿਆ ਤੇ ਬੜਾ ਮਸਲਾ ਬਣਿਆ ਉਹਦਾ ਵੀ ਇਹ ਕੱਛੀ ਜੀ ਜੁਗਾ ਤੈਨੂੰ ਮਾਰੋ ਤੁਸੀਂ ਸ਼ਾਨ ਇਹਨਾਂ ਘਰ ਠੇਕੇ ਕਰ ਰਿਹਾ ਮਿਸਤਰੀ ਨਾਲ ਉਹਨੇ ਲੈਟ ਬੰਦ ਹੋ ਗਈ ਧਰੋੜਾ ਪਾ ਤਾ ਉਹ ਅੰਟਰਟੇਕਰ ਆ ਗਿਆ ਟੈਕ ਨਹੀਂ ਕਰਾਂ ਗੱਲ ਉਹ ਜਦੋਂ ਅੰਡਰਟੇਕਰ ਹੁੰਦਾ ਨਾ ਲਾਈਟਾਂ ਬੰਦ ਹੋਣਗੀਆਂ ਕਹਿੰਦਾ ਇੱਕ ਬੰਦੇ ਦਾ ਘਰ ਮਿਸਤਰੀ ਨਾਲ ਕੰਮ ਕਰਦਾ ਲਾਈਟ ਬੰਦ ਹੋ ਗਈ ਕਹਿੰਦਾ ਅੰਡਰਟੇਕਰ ਆ ਗਿਆ ਬਿਊਟੀ ਪਾਰਲਰ ਦਾ ਬੂਹਾ ਖੋਲ ਕਹਿੰਦਾ ਬਾਜੀ ਦੇਗਾਂ ਪਕਾ ਲੈਂਦੇ ਬਿਊਟੀ ਪਾਰਲਰ ਦਾ ਬੂਹਾ ਖੜਕਾ ਕੇ ਕਹਿੰਦੇ ਆ ਬਾਜੀ ਤੁਹਾਡੇ ਕੋਲ ਫੋਤਕੀ ਦਾ ਸਮਾਨ ਮਿਲ ਜਾਂਦਾ ਆ ਭਾਈ ਫੋਲ ਡਰੈਸਿੰਗ ਕਰਕੇ ਤੇ ਪਹਿਲੀ ਮੁੱਕ ਗਈ ਆ ਪਹਿਲੀ ਮੁੱਕ ਗਈ ਆ ਹਾਂਜੀ ਕਿ ਫੌਜਗੀ ਦੇ ਸਮਾਨ ਤੋਂ ਬਾਅਦ ਖਤਮ ਹੋ ਗਈ ਅੱਛਾ ਹੁਣ ਅਗਲੀ ਸੀ ਇਹ ਹਾਂਜੀ ਚੱਲ ਆ ਭਾਈ ਫੋਲ ਡਰੈਸਿੰਗ ਕਰਕੇ ਤੇ ਜਾ ਰਿਹਾ ਫੋਲ ਐਂਜ ਮੁੱਛਾ ਨੂੰ ਵਾਟਰ 3 ਪੀਸ ਪਾਇਆ ਆ ਤੇ ਜੋਗਰ ਬੂਟ ਮੈਂ ਕਿੱਥੇ ਜਾਣਨੇ ਆ ਉਹ ਕਹਿੰਦਾ ਯਾਰ ਠੇਕੇਦਾਰ ਫੋਤ ਹੋ ਗਿਆ ਉਹਦਾ ਐਲਾਨ ਕਰਾਉਣ ਚੱਲਾ ਅੱਛਾ ਹੁਣ ਉਹਦਾ ਠੇਕੇਦਾਰ ਤੂੰ ਛੱਡ ਦੇ ਤੂੰ ਆਪਣੀ ਗੱਲ ਕਰ ਯਾਰ ਕੋਈ ਹੋਰ ਇੱਥੇ ਮੁੰਡਾ ਹੈ ਅੱਛਾ ਕੋਈ ਇੱਥੇ ਬਾਸ ਭਾਈ ਬੈਠੇ ਹੋਏ ਸੀ ਪਹਿਲੇ ਆਏ ਸੀ ਗੁੱਜਰ ਭਾਈ ਨਹੀਂ ਉਹ ਕਿਹਦਾ ਨਾਮ ਆ ਦਾਨਿਸ਼ ਭਾਈ ਜਿਹੜੇ ਪਹਿਲੇ ਇੱਥੇ ਤੁਹਾਡਾ ਸ਼ੋਅ ਕੀਤਾ ਵਾ ਮੇਰਾ ਖਿਆਲ ਸਟੇਡੀਅਮ ਦੇ ਵਿੱਚ ਕੀਤਾ ਸਟੇਡੀਅਮ 'ਚ ਮੈਂ ਕਿਹੜਾ ਸਟੇਡੀਅਮ 'ਚ ਤਾਂ ਕੋਈ ਸ਼ੋਅ ਕੀਤਾ ਮੈਂ ਉਹ ਦੋ ਜਿਹੜੇ ਇੱਕ ਸੁੱਕਾ ਜਾਂ ਤੇ ਦਾਨਿਸ਼ ਪੈਣ ਉਹਨਾਂ ਨੂੰ ਬੁਲਾ ਲਈਏ ਬਲਾਕ ਮੈਂ ਬਲਾਕ ਲਿਆ ਅੱਛਾ ਤੂੰ ਯਾਨੀ ਪਹਿਲੇ ਤਿਆਰ ਆ ਤੂੰ ਮੁੰਡੇ ਬੈਠੇ ਲੱਗ ਰਿਹਾ ਤੂੰ ਨਿਕਲ ਜਾਣਾ ਨਹੀਂ ਮੈਂ ਇੱਥੇ ਹੀ ਲੈ ਕੇ ਆਏਗਾ ਉਹਨਾਂ ਨੂੰ ਜਾਂ ਲੈ ਕੇ ਆ ਰੋ ਹਾਲਾਂਕਿ ਉਹਨੂੰ ਪਤਾ ਲੱਗ ਗਿਆ ਹੈਂਜੀ ਗੁਰਕੀ ਲਾ ਲਾ ਮੈਂ ਤੇਰੇ ਇੱਕ ਪੁੱਠੇ ਹੱਥੀ ਲਾ ਲਾਂ ਅੱਛਾ ਇੱਧਰ ਆ ਯਾਰ ਇੱਧਰ ਆ ਤੇਰੇ ਨਾਲ ਤਾਂ ਮੈਂ ਦੋ ਦੋ ਇੱਟਾਂ ਕਰਾਂ ਹਾਂ ਕਿੱਦਾਂ ਮੇਰਾ ਮੂੰਹ ਆ ਤੁਹਾਡਾ ਮੂੰਹ ਇੱਦਾਂ ਜਿਵੇਂ ਇੱਟ ਨੂੰ ਰੋਕਣ ਕੀਤਾ ਇੱਟ ਨੂੰ ਰੋਕਣ ਕੀਤਾ ਹਾਂਜੀ ਓਏ ਆ ਮਰੇ ਇੱਧਰ ਆ ਉਹ ਤੂੰ ਇੱਥੇ ਨਾ ਵਾਹ 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 ਕੀ ਹਾਲ ਆ ਠੀਕ ਠਾਕ ਉਹ ਤੇਰੇ ਨਾਲ ਦਾ ਕਿੱਥੇ ਓਏ ਆ ਨਕਲੀਏ ਬੇਟਾ ਉਹ ਮਰੋ ਤੂੰ ਇਦਾਂ ਕਰ ਉਹ ਮੈਂ ਲੈ ਕੇ ਆ ਵੀ ਨਹੀਂ ਤੈਨੂੰ ਤੂੰ ਐਡਾ ਘਬਰਾਇਆ ਆਪੇ ਉੱਠਣ ਲੱਗਾ ਤੂੰ ਤੈਨੂੰ ਮੈਂ ਕਿਹਾ ਉੱਠ ਸਿੱਧਾ ਆ ਮਾੜਾ ਉਹ ਸਿੱਧਾ ਨਹੀਂ ਤੇਰੇ ਵਰਗੇ ਵਿਚਾਰੇ ਮਸੂਮ ਗਰੀਬ ਆਦਮੀ ਸਾਡੀ ਆਵਾਮ ਦੇ ਆਪੇ ਹੀ ਘਬਰਾਏ ਮੈਂ ਹਲੇ ਇੰਜ ਕੀਤਾ ਤੇ ਉਹਨੇ ਕਿਹਾ ਵੀ ਮੈਨੂੰ ਹੀ ਕਹਿਣਾ ਇਹਨੇ ਉਹਨੂੰ ਪਤਾ ਵੀ ਇਹਨੇ ਮੈਨੂੰ ਹੀ ਕਹਿਣਾ ਠੀਕ ਆ ਤੇ ਉੱਠ ਪਿਆ ਹੁਣ ਮੈਂ ਤੈਨੂੰ ਹੀ ਕਹਿਣਾ ਸੀ ਉਹ ਉੱਥੇ ਆ ਜਾ ਚੱਲ ਬੇਟਾ ਕੋਈ ਅੱਛੀ ਜੀ ਜੁਗਤ ਇਹਨੂੰ ਮਾਰ ਉੱਡੇ ਮਜ਼ਾਕ ਵਗਰਾ ਮੂੰਹ ਹੈ ਇਹਦਾ ਉੱਡੇ ਮਜ਼ਾਕ ਇਹਦਾ ਮੂੰਹ ਇਦਾਂ ਜਿਵੇਂ ਜੇਬ 'ਚ ਸੁਰਮਾ ਪਾਇਆ ਆ ਵੀ ਭਾਈ ਦਾ ਮੂੰਹ ਇਦਾਂ ਜਿੱਦਾਂ ਖੱਬੀ ਜੇਬ 'ਚੋਂ ਲਾਂਤਾ ਨਿਕਲੀ ਸਾਈਕਲ ਤੋਂ ਲੈ ਕੇ ਬੰਦਾ ਮੜਿਆ ਇਹਦਾ ਮੂੰਹ ਵੇਖ ਲਓ ਸਾਈਕਲ 'ਤੇ ਬਹਿ ਕੇ ਮਜ਼ਾ ਆ ਰਿਹਾ
ਇਹਦਾ ਮੂੰਹ ਦੇਖ ਲਓ, ਜੈਕ ਨਾ ਹੱਥ ਚੁੱਕੀ। ਇਹਦਾ ਫਿਰ ਮੂੰਹ ਵੇਖ ਲਓ, ਕਰੇਨ ਨਾਲ ਕਰਜ਼ਾ ਚੁੱਕਿਆ। ਰੋਟੀ ਤੋਂ ਮੈਨੂੰ ਯਾਦ ਆ ਗਿਆ, ਅਸ਼ਬਾਸ਼ ਸ਼ਰੀਫ ਨੇ ਪਲਾਨ ਨਾ ਸੀ ਕੱਢੇ, ਰੋਟੀ ਆਪ ਹੀ ਬਾਹਰ ਨੂੰ ਆਉਂਦੀ। ਉਹਨਾਂ ਨੂੰ ਕਹਿੰਦਾ ਬੰਦ ਕਰਕੇ ਮੈਨੂੰ ਝੂਟੇ ਦਿਓ। ਹਾਂ, ਸ਼ਬਾਸ਼ ਸ਼ਰੀਫ ਇਹਨੂੰ ਲੈਪਟੋਪ ਦੇਣ ਆਇਆ ਤੇ ਇਹਦਾ ਮੂੰਹ ਵੇਖ ਕੇ ਕਹਿੰਦਾ ਤੈਨੂੰ ਡੈਕ ਨਾ ਦੇ ਦਾਂ। ਯਾਰਾਂ ਦੋਸਤਾਂ ਨੂੰ ਗੱਲ ਸੁਣਾਉਂਦੇ ਆ ਭਾਈ, ਕਹਿੰਦਾ ਸਾਡੇ ਘਰ ਜੰਗੀ ਸਾਈਕਲ ਆ। ਉਹ ਮਰੇ, ਮੈਂ ਜਾ ਕੇ ਦੇਖਿਆ ਤੇ ਸਾਈਕਲ ਦੇ ਅੱਗੇ ਮਾੜੀ ਛੁਰੀ ਲਾਈ। ਗਲੀ ਚੋਂ ਇੱਕ ਬੰਦਾ ਰਿੱਛ ਲੈ ਕੇ ਲੰਘਣ ਦਿਆ ਤੇ ਉਹਨੂੰ ਕਹਿੰਦਾ ਤੈਨੂੰ 50 ਰੁਪਏ ਦਊਂ, ਮੇਰੇ ਬੁੱਢੇ ਨੂੰ ਪਵਾ। ਆ ਭਾਈ, ਆਪਣੇ ਬੁੜੇ ਤੋਂ ਬੜਾ ਆਕਿਆ ਸੀਗਾ, ਬੁੜਾ ਉਹਦੇ ਖਿਲਾਫ ਸੀ। ਇੱਕ ਜਗ੍ਹਾ ਕੁੱਕੜਾਂ ਦੀ ਲੜਾਈ ਹੁੰਦੀ ਤੇ ਬੁੜੇ ਨੂੰ ਵਿੱਚ ਧੱਕਾ ਦੇ ਦਿੱਤਾ। ਆਪਣੇ ਛੋਟੇ ਭਰਾ ਤੇ ਫੁੱਲਾਂ ਦੀਆਂ ਪੱਤੀਆਂ ਸੁੱਟਣ ਦੇ, ਮੈਂ ਕਿਹਾ ਕੀ ਹੋਇਆ? ਕਹਿੰਦਾ ਇਹਨੇ ਅੱਜ ਪਹਿਲੀ ਵਾਰੀ ਅੱਬੂ ਤੇ ਹੱਥ ਚੁੱਕਿਆ। ਵੱਡਾ ਹੋ ਗਿਆ, ਰੰਗਾਂ ਵਾਲਾ ਕੁੱਤਾ ਲੈਂਦਾ ਇਹਨੇ ਰੰਗਾਂ ਵਾਲਾ ਤੇ ਉਹਦੇ ਨਾਲ ਅੱਖਾਂ ਲਰਾਉਂਦੇ ਆ। ਇਮਰਾਨ ਖਾਨ ਨਾਲ ਪੰਗੇ ਲੈਂਦੇ ਆ, ਉਹਨੇ ਆਟਾ ਸਸਤਾ ਕੀਤਾ 500 ਰੁਪਏ ਦਾ ਥੈਲਾ ਤੇ 500 ਦਾ ਗੁੰਨਿਆ ਵੇਚਣ ਲੱਗ ਪਿਆ 20 ਕਿਲੋ। ਤੀਆਂ ਦਾ ਤੇਲ ਪਵਾਇਆ ਪੰਪ ਤੋਂ, ਉਹ ਕਹਿੰਦਾ ਇੰਨਾ ਥੋੜਾ, ਕਹਿੰਦਾ ਜ਼ਿੰਦਗੀ ਮੌਤ ਦਾ ਕੀ ਪਤਾ। ਯਾਰ ਖਾਓ ਰੋਟੀ ਤੇ ਖਾਓ। ਨਹੀਂ, ਜੁਗਤਾਂ ਹੀ ਖਾਣੀ। ਉਹ ਫਿੱਟੇ ਮੂੰਹ ਹੋਏ ਮਰੇ, ਕਿਸੇ ਨੂੰ ਵੀ ਕਹਿ ਦਿਓ ਰੋਟੀ ਖਾਓ, ਤੇਰੇ ਹੱਥ ਸਭ ਤੋਂ ਪਹਿਲੇ ਇੱਧਰ ਨੂੰ ਆਉਂਦੇ। ਠੇਕੇਦਾਰ ਮਰ ਗਿਆ ਸੀ ਮਾਰਿਆ। ਪੌੜੀਆਂ ਪਲਾਜ਼ਿਆਂ 'ਚ ਲੱਗੀਆਂ ਹੁੰਦੀਆਂ, ਆਪੇ ਤਾਂ ਨੂੰ ਚੜ੍ਹ। ਆਹੋ, ਉਹਨਾਂ 'ਚ ਕਮੀਜ਼ ਪਸਾ ਕੇ ਬੈਠਾ। ਉਹ ਮਰੇ, ਓਏ ਹੋਏ, ਵੱਡੇ ਪਲਾਜ਼ੇ 'ਚ ਗਿਆ, ਉੱਥੇ ਆਪੇ ਦਰਵਾਜ਼ਾ ਖੁੱਲ੍ਹ ਗਿਆ ਅਤੇ ਕਹਿੰਦਾ ਓਏ ਹੋਏ ਇੱਥੇ ਸਾਇਆ ਜੇ। ਉਹ ਜਿਹੜਾ ਆਪੇ ਖਾਣਾ, ਓਏ ਬੇਟੇ ਮੂੰਹ, ਓਏ ਹੋਏ। ਇੱਕ ਫੈਮਿਲੀ ਕੋਈ ਛਿੱਤਰ ਖਾ ਲਏ ਇਹਨੇ। ਉਹ ਕਿੱਦਾਂ? ਉਹ ਫੈਮਿਲੀ ਕਹਿੰਦੀ ਪੁੱਤ ਸਿੰਧ ਬਾਦ ਕਿੱਥੇ ਆ, ਤੇ ਉਹਨਾਂ ਨੂੰ ਗੱਲ ਸੁਣਾਉਂਦੇ ਆ, ਉਹ ਤੇ ਸਿੰਧ ਆ, ਉਹ ਸਿੰਧ ਆ। ਮੈਨੂੰ ਦੱਸ ਦਿਆ ਕਰ ਬਈ, ਮੁੱਕ ਗਈ ਆ, ਹੈਂ ਦੱਸਿਆ ਕਰ, ਖਤਮ ਹੋ ਗਈ ਜੁਗਤ। ਉਹ ਯਾਰ ਮੈਨੂੰ ਨਾ ਪਹਿਲੇ ਜੁਗਤ ਦਾ ਬਰ ਦੱਸਿਆ ਕਰ ਕਿੰਨਾ ਗਾ। ਅੱਛਾ, ਤੇਰੀ ਮਿਹਰਬਾਨੀ। ਪਰ ਬਰ ਮਾਰਾਂ? ਹਾਂ, ਸਵਾ ਗਜ਼ ਬਰ ਦੀਆਂ ਜੁਗਤਾਂ ਮਾਰੇ। 14 ਫਰਵਰੀ ਨੂੰ ਹੈਂ? 14 ਫਰਵਰੀ ਨੂੰ ਡੈਨ ਨੂੰ ਫੁੱਲ ਦੇਂਦੇ ਆ ਵੈਲੈਂਟਾਈਨਸ ਡੇ। ਇਹਨੂੰ ਵੀ ਨਹੀਂ ਸੀ ਪਤਾ ਵੈਲੈਂਟਾਈਨ ਡੇ ਕੀ ਹੁੰਦਾ ਤੇ ਉਦੋਂ ਦੇਗਾਂ ਚਾੜੀਆਂ। ਇਹਦਾ ਇੱਕ ਭਰਾ ਨਾ ਕੁੱਬਾ ਸੀ, ਇੰਜ ਕਰਕੇ ਸੈਲਫੀ ਲੈ ਰਿਹਾ, ਯੰਜ ਲੈ ਰਿਹਾ ਤੇ ਯੰਜ ਲੈ ਰਿਹਾ। ਓਏ ਹੋਏ, ਕੁੱਬੇ ਤੇ ਗੱਲਾਂ ਕਰੋ। ਇਹਦਾ ਫਿਰ ਇੱਕ ਭਰਾ ਕੁੱਬਾ ਸੀ ਤੇ ਉਹਦੇ ਕਰਕੇ ਫਰਸ਼ ਤੇ LCD ਲਵਾਈ, ਐਂ ਵੇਖਦਾ ਰਹਿੰਦਾ। ਫਿੱਟੇ ਮੂੰਹ, ਇਹਦਾ ਵੀ ਇੱਕ ਭਰਾ ਕੁੱਬਾ ਸੀ, ਮੈਂ ਕਿਹਾ ਕੁੱਬਾ ਵਾ, ਕਹਿੰਦਾ ਨਹੀਂ ਇਹਦਾ ਡਕਾਰ ਫਸਿਆ। ਇਹਦਾ ਵੀ ਇੱਕ ਭਰਾ ਕੁੱਬਾ ਸੀ, ਉਹ ਸਕੂਲੇ ਪੜ੍ਹਦਾ, ਸਾਰਿਆਂ ਨੂੰ ਮਾਸਟਰ ਕਹਿੰਦਾ ਚਲੋ ਇਹ ਕੰਨ ਫੜ ਲਓ, ਉਹ ਕੁੱਬਾ ਸੀ, ਉਹਨੂੰ ਕਹਿੰਦਾ ਸੀ ਚਲੋ ਸਿੱਧਾ ਹੋ ਜਾ, ਉਹ ਜਦੋਂ ਗਲਤੀ ਕਰਦਾ ਚਲੋ ਸਿੱਧਾ ਹੋ ਜਾ, ਸਿੱਧਾ ਉਹਦੇ ਕੋਲ ਆ ਨਹੀਂ ਸੀ ਜਾਂਦਾ, ਇਹੀ ਉਹਦੀ ਸਰਦਾਰ ਸੀ। ਹਾਂ, ਇਹਦਾ ਵੀ ਇੱਕ ਭਰਾ ਕੁੱਬਾ ਸੀ, ਉਹਦੇ ਫੌਜ 'ਚ ਲੱਗ ਗਿਆ, ਜੰਗ ਹੋਈ, ਸਾਰੇ ਫੌਜੀ ਮਰ ਗਏ, ਇਕੱਲਾ ਹੀ ਬਚ ਗਿਆ। ਮੈਂ ਕਿਹਾ ਤੂੰ ਕਿੱਦਾਂ ਬਚ ਗਿਆ? ਕਹਿੰਦਾ ਸਾਰੀਆਂ ਗੋਲੀਆਂ ਮੇਰੇ ਉੱਤੋਂ ਲੰਘ ਗਈਆਂ। ਇਹਦਾ ਭਰਾ ਇੱਕ ਕੁੱਬਾ ਸੀ, ਉਹਦੇ ਕੋਲ ਉਤਲੇ ਖਾਨੇ 'ਚੋਂ ਬਰਫ਼ ਨਹੀਂ ਸੀ ਕੱਢੀ ਜਾਂਦੀ ਅਤੇ ਫਰਿੱਜ ਲੰਮੀ ਪਾਈ। ਇਹਦਾ ਇੱਕ ਭਰਾ ਕੁੱਬਾ ਸੀ, ਇੱਕ ਜਗ੍ਹਾ ਚੌਲ ਵੰਡੀ ਦੇ ਸੀ, ਉਹਨੇ ਭਰਾ ਨੂੰ ਹੀ ਸਿੱਧਾ ਕਰਕੇ ਕਹਿੰਦਾ 'ਚ ਪਾ ਦੇ। ਮਿਸਤਰੀ ਹੁੰਦਾ ਸੀ ਆ ਅਤੇ ਨਾਲੇ ਦਰਜ਼ੀ ਵੀ ਹੁੰਦਾ ਸੀ, ਇੱਕ ਬੰਦਾ ਸੂਟ ਦੇ ਗਿਆ ਤਾਂ ਕਈ ਨਾਲ ਕੱਟਣ ਦਿਆ ਉਹਨੂੰ, ਉਹਨੂੰ ਕੰਕਰੀਟ ਦੇ ਬਟਨ ਲਾ ਕੇ ਗਰਮਾਲੇ ਨਾਲ ਇਸਤਰੀ ਕਰਕੇ ਦਾਬੜੇ 'ਚ ਪਾ ਕੇ ਦੇਣ ਦਿਆ। ਉਹ ਤਾਂ ਇਹਦਾ ਕੰਮ ਆ। ਹਾਂ, ਦਰਜ਼ੀ ਕੋਲ ਸੂਟ ਸਵਾਇਆ ਇਹਨੇ, ਉਹਨੇ ਜੇਬੀ ਕੋਈ ਵੀ ਨਹੀਂ ਲਾਈ ਅਤੇ ਉਹ ਕਹਿੰਦਾ ਤੇਰੇ ਕੋਲ ਕਿਹੜਾ ਕੋਈ ਪੈਸਾ ਹੁੰਦਾ ਹੈ? ਕੀ ਇੱਕ ਸੱਚਾ ਹੋਇਆ? ਇਹਦਾ ਮੂੰਹ ਵੇਖ ਲਓ ਜਿੱਦਾਂ ਧੋਤੀ ਨੂੰ ਪੀਕੋ ਕਰਾਈ। ਨਹੀਂ, ਉਹ ਹੀ ਫਾਰਮੈਟ, ਐਡਾ ਪਾਗਲ ਆ। ਇਹਦਾ ਵੀ ਮੂੰਹ ਦੇਖ ਲਓ, ਹਸਪਤਾਲ ਵਾਲੇ ਬੈੱਡ 'ਤੇ ਮਸਹਿਰੀ ਸੀ ਆਈ। ਡਾਕਟਰ ਹੁੰਦਾ ਸੀ, ਕੌਣ ਆਲਾ? ਅੱਛਾ, ਡਾਕਟਰ ਹੁੰਦਾ ਸੀ ਤੇ ਆਪਰੇਸ਼ਨ ਥੀਏਟਰ ਤੋਂ ਇੱਕਦਮ ਬਾਹਰ ਆ ਗਿਆ, ਮੈਂ ਕਿਹਾ ਕੀ ਹੋਇਆ? ਕਹਿੰਦਾ ਯਾਰ ਮੇਰੇ ਕੋਲੋਂ ਬਹੁਤਾ ਪਾੜਾ ਪੈ ਗਿਆ। ਪਾੜਾ? ਡਾਕਟਰ ਨੂੰ ਕਹਿੰਦੇ ਆ ਆਹ ਕਿਹੜੀ ਕੰਪਨੀ ਦੇ ਹੈਂਡ ਫਰੀਆਂ ਪਾਈ ਫਿਰਦਾ। ਉਹ ਜਿਹੜਾ ਕੀ ਹੁੰਦਾ ਵਾ ਸਟੈਕਸ ਕੂਲ, ਮੁੱਕ ਗਈ ਇਹਦੀ,
ਬਹੁਤ ਅੱਛੀ ਤੂੰ ਜੁਗਤ ਕੀਤੀ ਲੇਟ ਆਏ ਦਰੁਸਤ ਆਏ ਇਹ ਡਾਕਟਰ ਹੁੰਦਾ ਸੀਗਾ ਇਹਨੇ ਪਹਿਲਾਂ ਕਾਮਯਾਬ ਆਪਰੇਸ਼ਨ ਕੀਤਾ ਤੇ ਇਹਦੇ ਅੱਬੇ ਨੇ ਐਮਰਜੈਂਸੀ ਵਾਰਡ 'ਚ ਦਲੀਏ ਦੀ ਦੇਖ ਵੰਡਤੀ ਇਹਨੂੰ ਬੁਖਾਰ ਹੋਇਆ ਡਾਕਟਰ ਦੇ ਮੂੰਹ 'ਚ ਥਰਮਾਮੀਟਰ ਲਾਇਆ ਚੂਸਣ ਲੱਗ ਪਿਆ ਯਾਰ ਤੂੰ ਉੱਚੀ ਕਿਉਂ ਨਹੀਂ ਬੋਲਦਾ ਮਰੇ ਤੂੰ ਅੱਗੇ ਤਾਂ ਇੰਜੂ ਨਾ ਜਿਵੇਂ ਤੂੰ ਪਤਾ ਨਹੀਂ ਕੀ ਕਰ ਦੇਣਾ ਇਹਨੂੰ ਵੀ ਬੁਖਾਰ ਹੋਇਆ ਤੇ ਡਾਕਟਰ ਟੈਸਟ ਲਾ ਕੇ ਚੈੱਕ ਕਰਨ ਦਿਆ ਲਓ ਜੀ ਮੇਰੀ ਗੱਲ ਸੁਣੋ ਲਓ ਜੀ ਮੇਰੀ ਗੱਲ ਸੁਣੋ 20 ਰੁਪਏ ਦਿਆਂਗਾ ਇੱਕ ਜੁਗਤ ਦੇ ਤੇਰਾ ਕੀ ਪਤਾ ਨੈਸ਼ਾ ਤੂੰ 2500 ਜੁਗਤ ਮਾਰ ਦੇਣੀ 20 ਰੁਪਏ ਘੱਟ ਆ ਕਿੰਨੇ ਦੇਣਾ ਕਮ ਤੋਂ ਕਮ 70 ਰੁਪਈਏ ਹੋਣੇ ਚਾਹੀਦੇ ਯਾਨੀ ਤੂੰ 70 ਇਸ ਤੋਂ ਕਹਿ ਕੇ 20 ਮੈਂ ਘੱਟ ਵੀ ਕਰਾ ਲਾਂਦਾ 50 ਤੱਕ ਤੇਰਾ ਜ਼ੇਨ ਹੈਗਾ ਫਿੱਕੀ ਦੇ ਸਾਰੇ ਆ ਸਾਰੇ ਜਦੋਂ ਕਹਿਣਗੇ ਕਿ ਹਾਂਜੀ ਠੀਕ ਆ ਉਦੋਂ ਤੇ ਅਗਰ ਕੋਈ ਵੀ ਨਾਸਿਆ ਨਾਲ ਕਿਹਾ ਫਿੱਕੀ ਤੇ ਤੇਰੇ ਪਿਛਲੀ ਦੇ ਵੀ ਪੈਸੇ ਕੱਟੇ ਜਾਣੇ ਸਾਰਿਆਂ ਦੇ 50-50 ਰੁਪਏ ਬੇਟਾ ਅਗਰ ਫਿੱਕੀ ਕੀਤੀ ਨਾ ਤੇ ਜੁਰਮਾਨਾ ਵੀ ਹੋਣਾ 50 ਰੁਪਏ ਇੱਕ ਕਰਕੇ ਕੈਸ਼ ਆਊਟ ਕਰ ਤੁਹਾਡੀ ਮੋਟਰਸਾਈਕਲ ਵਿਕ ਜਾਣੀ ਤੇਰੇ ਪੱਲੇ ਹੋਆ ਨਾ ਕਿਉਂਕਿ ਮੈਂ ਫਿੱਕੀ ਦੇ 5 ਰੁਪਏ ਵੀ ਜੁਰਮਾਨਾ ਰੱਖਦਾ ਨਾ ਤਾਂ ਵੀ ਤੇਰੇ ਕੋਲ ਕੱਖ ਨਹੀਂ ਬਚਣਾ ਤੂੰ ਸਾਰਾ ਕੁਝ ਇੱਥੇ ਦੇ ਜਾਣਾ ਇਹਨੇ ਕਹਿਣਾ ਯਾਰ ਫਿੱਕੀਆਂ ਜੁਗਤਾਂ ਕਰ ਕਰਕੇ ਪਲਾਟ ਹਾਰ ਗਏ ਯਾਰ ਤੇਰਾ ਪਲਾਟ ਹੁੰਦਾ ਸੀ ਉਹ ਯਾਰ ਉੱਥੇ ਬਸ ਇੱਕ ਫਲੋ 'ਚ ਗੱਲ ਹੋ ਗਈ ਮੈਂ ਫਿਰ ਫਿੱਕੀਆਂ ਹੀ ਕਰਤੀਆਂ ਸਾਰੀਆਂ ਲਓ ਜੀ ਤੁਹਾਡੇ ਤੁਸੀਂ ਕਿਉਂਕਿ ਦੋਵੇਂ ਤੇਜ਼ ਆ ਤੁਸੀਂ ਕਰੋਗੇ ਭੈਣ ਤੁਹਾਨੂੰ 30 ਰੁਪਏ ਜੁਗਤ ਦੇ ਇਹ ਅੱਛੀ ਜੁਗਤ ਕਰਨਗੇ ਇਹਨੂੰ 50 ਰੁਪਏ ਇਹਨਾਂ ਨੂੰ ਕਾਹਤੋਂ ਪਿਆ ਯਾਰ ਉਹ ਮਤਲਬ ਤੁਸੀਂ ਤੇ ਨੈਸ਼ ਜੇ ਨਾ ਦੋਵੇਂ ਆਹੋ ਲੇਕਿਨ ਆਵਾਮ ਫੈਸਲਾ ਕਰੇਗੀ ਚਲੋ ਜੀ ਸ਼ੁਰੂ ਮਹਿੰਗਾਈ ਬੜੀ ਹੈ 35 ਤੇ ਕਰੋ ਨਹੀਂ ਨਹੀਂ 30 ਚਲੋ ਜੀ ਨਾ ਤੁਹਾਡੀ ਗੱਲ ਨਾ ਮੇਰੀ 31 ਹੋ ਗਈ ਉਹ 31 ਦਾ ਮੇਲਾ ਹੁੰਦਾ 31 ਪੈਸੇ ਨਹੀਂ ਹੁੰਦੇ ਡਰਿਲ ਮਸ਼ੀਨ ਨਾਲ ਕੰਨ ਸਾਫ ਕਰਨ ਦੇ ਹਾਂਜੀ ਹਾਂ ਕਿ ਨਾ ਕੱਖ ਨਹੀਂ ਕੱਖ ਨਹੀਂ ਹੈਲਪਲਾਈਨ ਦੀ ਲਾਈਨ ਚ ਲਾ ਕੇ ਲੰਗਰ ਲਿਆ ਹੈ ਹੈਲਪਲਾਈਨ ਦੀ ਲਾਈਨ ਚ ਲਾ ਕੇ ਲੰਗਰ ਲਿਆ 30 ਰੁਪਏ ਹੋ ਗਏ ਨਹੀਂ 30 ਨਹੀਂ 30 ਬੇਟਾ ਪਹਿਲੇ ਗੱਲ ਕੀਤੀ ਮੈਂ 50 ਇਹਨਾਂ ਦੇ ਆ ਤੇਰੇ 30 ਆ ਚਲੋ ਜੀ ਠੀਕ ਆ ਕੀ ਆ 11:22 ਤੇ ਮੈਸੇਜ ਸੁੱਟਣ ਦੇ ਆ ਕਾਲ ਮੀ ਲਓ ਜੀ 30 ਤੇ 30 ਨਹੀਂ ਬਰਾਬਰ ਨਹੀਂ ਹੋ ਗਏ 30 ਇਹਦੇ 30 ਇਹਦੇ ਇਹਨੇ ਇੱਕ ਬੰਦੇ ਦਾ ਨੰਬਰ ਮਿਲਾਇਆ ਅੱਗੋਂ ਕੁੜੀ ਕਹਿੰਦੀ ਆਪ ਕੇ ਮਿਲਾਏ ਹੋਏ ਨੰਬਰ ਉੱਥੇ ਜਵਾਬ ਮਸੂਲ ਨਹੀਂ ਹੋ ਰਹਾ ਤੇ ਉਹਨੂੰ ਕਹਿੰਦਾ ਤੂੰ ਕਿੱਥੇ ਆ ਪੰਤਾਲੀ ਹੋ ਗਏ ਮੈਂ ਬੇਟੇ ਮੈਂ ਅੱਗੇ ਵੀ ਸੁਣੀ ਆ ਹਾਂ ਚਲੋ 50 ਹੋ ਗਏ ਸਿੱਧਾ ਸਾਹਿਬ 50 30 ਤੇਰੇ 50 ਤੇਰੇ ਚੱਲ ਬਈ ਭਾਵੇਂ ਤੁਸੀਂ ਵੀ 50 ਕੋਈ ਮਿਹਨਤ ਕਰੋ ਤੁਹਾਨੂੰ ਤਾਂ 50 ਮਿਲਣੇ ਹਾਂਜੀ ਇਹ ਬੱਕਰਾ ਲੈਣ ਚਲੇ ਗਿਆ ਕੁਰਬਾਨੀ ਦਾ ਉਹ ਕਹਿੰਦਾ ਦੋਂਦਾ ਛੱਕਾ ਚੋਗਾ ਕਹਿੰਦਾ ਮੈਨੂੰ ਸਿੰਗਲ ਆਉਣਾ ਚਾਹੀਦਾ ਕਹਿੰਦਾ ਦੋਂਦਾ ਚੋਗਾ ਛੱਕਾ ਕਹਿੰਦਾ ਨਹੀਂ ਮੈਨੂੰ ਸਿੰਗਲ ਆਉਣਾ ਚਾਹੀਦਾ ਹਾਂਜੀ 50 ਰੁਪਏ ਬੰਦੇ ਕਿ ਨਹੀਂ ਨਹੀਂ ਚਲੋ ਵੱਡੀ ਤੇ ਇਹਨਾਂ ਨੇ ਐਡਾ ਤਕੜਾ ਵੈੜ ਲੈਂਦਾ ਉੱਤੇ ਛੁਰੀ ਨਾ ਚੱਲੇ ਉਹਦੇ ਮੂੰਹ 'ਚ ਬੰਬ ਲਾ ਦਿੱਤਾ ਜਿਹਦਾ ਜਿਹਦਾ ਹਿੱਸਾ ਸੀ ਉਹਦੇ ਘਰ ਪਹੁੰਚ ਗਏ ਆਪੇ ਹਾਂਜੀ ਕੱਲੀ ਬਾਂਹ ਬਾਰ ਤੇ ਵੱਡੀ ਸਾਰੀ ਸੋਟੀ ਤੇ ਅੱਗ ਲਾ ਕੇ ਉਹਦਾ ਹੱਥ ਸਾੜਨ ਦੇ ਉਹਨੇ ਉਹ ਵੀ ਵਿੱਚ ਕਰ ਲਿਆ ਇੰਡੀਆ ਉਹਨੇ ਕਿਹਾ ਲੱਖ ਲਾਣ ਦੋ ਵੀ ਵਿੱਚ ਕਰ ਲਿਆ ਮੈਂ ਕਹਿ ਰਿਹਾ ਕਹਿੰਦਾ ਕੋਈ ਆਪਾਂ ਡੁੱਬਣ ਲੱਗਾ ਉਹਨੇ ਹੱਥ ਬਾਹਰ ਕਿਤੇ ਜਾ ਕੇ ਨਾ ਸਲਾਮ ਦਰਬਾਰ ਤੇ ਚਲੇ ਗਿਆ ਤੇ ਉਹਨੂੰ ਕਹਿੰਦਾ ਮੇਰੀ ਜੁੱਤੀ ਜ਼ਰਾ ਉੱਚੀ ਰੱਖੀ ਵਿੱਚ ਮੇਰੀ ਨਾਨ ਟਿੱਕੀ ਪਈ ਤੇਰੇ 90 ਹੋ ਗਏ ਔਰ ਜਿਹਦੇ ਨਾਲ ਕਾਰਪੇਟ ਦੀ ਸਫਾਈ ਨਹੀਂ ਕਰੀਦੀ ਵੈਕਿਊਮ ਕਲੀਨਰ ਉਹ ਮਸੀਤ ਦੇ ਗੱਲੇ ਤੇ ਰੱਖ ਕੇ ਉਦੋਂ ਪੈਸੇ ਖਿੱਚਣ ਦੇ ਭਰਾ ਗਵਾਚ ਗਿਆ ਤੇ 50,000 ਰੁਪਇਆ ਦੇ ਕੇ ਹਨੀ ਸਿੰਘ ਕੋਲ ਲਾਨ ਕਰਾਉਂਦੇ ਸੱਤਰ ਤੇ 30 113 ਹੋ ਗਿਆ ਭਾਵੇਂ 113 113 ਯਾਰ ਯਾਦ ਰੱਖਣਾ ਤੂੰ ਇਹਦੇ ਪੈਸੇ ਯਾਦ ਰੱਖਣੇ 100 ਹੀ ਇਹਦਾ ਤੂੰ ਇਹ ਮਰੇ ਤੂੰ ਕੋਈ ਠੇਕੇਦਾਰ ਤੋਂ ਇਲਾਵਾ ਵੀ ਕੁਛ ਯਾਦ ਰੱਖ ਲਾ ਇਹਦੇ ਪੈਸੇ
ਮੈਨੂੰ ਕਹਿੰਦਾ ਦੇਖੀ ਜਦੋਂ ਤੇਰੇ ਭਰਾ ਦਾ ਵਿਆਹ ਹੁੰਦਾ 26 ਕਿੱਲੇ ਤੱਕ ਲਾਈਨਾਂ ਲੱਗੀਆਂ ਹੋਊ ਮੈਂ ਜਾ ਕੇ ਦੇਖਿਆ ਤੇ ਲੰਗਰ ਵਾਲੀ ਲਾਈਨ 'ਚ ਬਰਾਤ ਲਾਈ ਇਹ ਵੀ ਕਹਿੰਦਾ ਕਹਿੰਦਾ ਇਸ ਵਾਰੀ ਵੇਖੀ ਤੇਰਾ ਭਰਾ ਬਸੰਤ ਮਨਾਉਂਦਾ ਤੇ ਲੱਠੇ ਵਾਲਾ ਸੂਟ ਪਾ ਕੇ ਦੂਰ ਦੂਰ ਕੰਨੀਆਂ ਦੇਣ ਜਾਣਦੇ ਆ ਲੋਕਾਂ ਜਿਹੜੀ ਚੋਰੀ ਬਣ ਕੇ ਤੇ ਦੂਰ ਦੂਰ ਜਾ ਰਿਹਾ ਇੰਨੇ ਵੀ ਭਾਈ ਫੁੱਲ ਲੱਠੇ ਦਾ ਸੂਟ ਪਾਇਆ ਐਂ ਕਰਕੇ ਈਦ ਵਾਲੇ ਦਿਨ ਘਰੋਂ ਨਿਕਲਿਆ ਤੇ ਨਾਲਦਿਆਂ ਦਾ ਬਨੇਰਾ ਡਿੱਗ ਗਿਆ ਇਹਦੇ 'ਤੇ ਭੈਣ ਐ ਸੀ ਲਓ ਜੀ ਕਿੰਨੇ ਕਿੰਨੀ ਹੋ ਗਈ ਇਹਦੇ ਕਿੰਨੇ ਸੀ ਮੇਰੇ 160 ਹੋ ਗਏ 160 ਪਿਛਲੇ ਬੈਠੇ ਤੂੰ ਐਡਾ ਆਪ ਉਦਰਾ ਜੁਗਤ ਬਾਸ ਹੈ 100 ਸੀ 30 ਹੋਰ ਪਾ ਲਾ 130 ਇਹਦੇ 20 ਪਾ ਇਹਦਾ ਲਾਫਟਰ ਘੱਟ ਆਇਆ ਸੀ 230 ਆ ਮੇਰੇ ਕਿਉਂ ਬੈਠੇ ਤੂੰ ਕੋਈ ਰੂਹਾਨੀ ਜੁਗਤਾਂ ਵੀ ਮੈਨੂੰ ਕਰ ਰਿਹਾ ਜਿਹੜੀਆਂ ਨਵਾਦ ਨਹੀਂ ਆ ਰਹੀ ਕਿਸੇ ਨੂੰ ਭਾਜੀ ਥੋਕ ਦੇ ਹਿਸਾਬ ਨਾਲ ਹੀ ਥੋਕ ਦੇ ਹਿਸਾਬ ਨਾਲ ਨਹੀਂ ਭਾਜੀ ਤੁਹਾਡੀ 50 ਰੁਪਏ ਜੁਗਤ ਆ ਹਾਂਜੀ ਸੋਚੋ ਪੀਜ਼ਾ ਦੇ ਨਹੀਂ ਆਉਂਦੇ ਮੋਟਰਸਾਈਕਲ ਤੇ ਆਹੋ ਉਹਨਾਂ ਨੂੰ ਕਹਿੰਦਾ ਡੱਬਾ ਜਿਹਾ ਲਾ ਕੇ ਮੈਨੂੰ ਉੱਥੇ ਕਲਾ ਕੇ ਆ ਅੱਛਾ ਯਾਰ ਐਸਾ ਨੈਚ ਆ ਇਹ ਬੜੀ ਸਾਦੀ ਜੀ ਗੱਲ ਦੀ ਜੁਗਤ ਬਣਾ ਲੈਂਦਾ ਹੈ ਨਾ ਆਹ ਠੇਕੇਦਾਰ ਭਾਈ ਉਹ ਸਮੁੰਦਰ 'ਚ ਨਹੀਂ ਸਿਲੰਡਰ ਜਿਹਾ ਬੰਨ ਕੇ ਵਰਦੇ ਆਹੋ ਉਹ ਗਟਰ 'ਚ ਲੈ ਕੇ ਵਰਦੇ ਮੈਂ ਤੈਨੂੰ ਕਿਹਾ ਸੀ ਇਹ ਨੈਸ਼ ਹੈ ਲਓ ਜੀ ਕਿੰਨੇ ਸੀ 120 150 ਹੋ ਗਿਆ ਹੱਲੇ ਹੱਲੇ ਕੀ ਪਜਾਮਾ ਵਾਲੀ ਜੁਗਤ ਹੈ ਹੈ ਇਹ ਮੈਂ ਫੈਸਲਾ ਕਰਾਂਗਾ ਇਹ ਤਾਂ ਅੱਬਾ ਖੰਘਿਆ ਫੁੱਲ ਉਹਨੂੰ ਖੂਨ ਦੀਆਂ ਉਲਟੀਆਂ ਆਉਂਦੀਆਂ ਤੇ ਉਹਨੂੰ ਪਿੱਛੋਂ ਚੰਡ ਮਾਰ ਕੇ ਕਹਿੰਦਾ ਕੰਮ ਤੋਂ ਛੁੱਟੀ ਨਹੀਂ ਕਰਨੀ ਹਾਂਜੀ ਇਹਦੇ ਬੁੱਢੇ ਨੇ ਭਾਈ ਸੋਨੇ ਦਾ ਦੰਦ ਲਵਾਇਆ ਤੇ ਰਾਤ ਨੂੰ ਉਹਦੀ ਮੰਜੀ ਦੇ ਆਲੇ ਦੁਆਲੇ ਪਲਾਸ ਲੈ ਕੇ ਫਿਰਦਾ ਹੈ ਕੀ ਲੈ ਕੇ ਫਿਰਦੇ ਪਲਾਸ ਲਾ ਲੈਣਾ ਅੱਜ ਹਾਂ ਭਾਈ ਬਲਡੋਜ਼ਰ ਲੈ ਕੇ ਤੇ ਮੁਹੱਲੇ 'ਚ ਆ ਗਿਆ ਮੈਂ ਕਿਹਾ ਕਿੱਧਰ ਕਹਿੰਦਾ ਯਾਰ ਬੂਹਾ ਨਹੀਂ ਖੋਲਣ ਦੇ ਮੈਂ ਮਕਾਨ ਹੀ ਢਾ ਦੇ ਇਹਦਾ 2 ਲੱਖ ਰੁਪਏ ਦਾ ਇਨਾਮ ਲੱਗਾ ਇਹਨੇ ਕਿਹਾ ਮਕਾਨ ਢਾ ਕੇ ਦੁਬਾਰਾ ਬਣਾਉਣੇ ਤੇ 2 ਲੱਖ 'ਚ ਸਿਰਫ ਟੱਠਾ ਮੁੜ ਕੇ ਪਰਦੇ ਲਾ ਕੇ ਬੈਠੇ ਬਣਨ ਬਣਿਆ ਹੀ ਨਹੀਂ ਬਾਅਦ ਇਹਨਾਂ ਦਾ ਮਕਾਨ ਇੰਨਾ ਨੀਵਾਂ ਵਾ ਚੋਰ ਚੋਰੀ ਕਰਨ ਆਇਆ ਤੇ ਉਹਨੂੰ ਸੱਟਾਂ ਲਵਾ ਲਈਆਂ ਉਹਨੇ ਇਹਨਾਂ ਦੇ ਘਰ ਮੈਂ ਕਹਿ ਕਹਿੰਦਾ ਚੋਰੀ ਕਰਕੇ ਉਹਦੇ ਕੋਲ ਬਾਅਦ ਉੱਤੇ ਨਹੀਂ ਚੜਿਆ ਗਿਆ ਇਹਨਾਂ ਦਾ ਘਰ ਐਡਾ ਨੀਵਾਂ ਵਾ ਗੇਟ ਨਾਲ ਪੈਰਾਸ਼ੂਟ ਟੰਗਿਆ ਉਹਦੇ ਨਾਲ ਥੱਲੇ ਉਤਰਦੇ ਹੁੰਦੇ ਆ ਭਾਈ ਉਹਨਾਂ ਨੇ ਮਕਾਨ ਬਣਾਇਆ ਤੇ ਫਰੈਂਡ ਤੇ ਇੰਨੇ ਪੈਸੇ ਲਾ ਤੇ ਇੰਨੇ ਪੈਸੇ ਲਾ ਤੇ ਸਾਰੇ ਹੀ ਮੁੱਕ ਗਏ ਤੇ ਪਿੱਛੇ ਤੰਬੂ ਕਨਾਤਾਂ ਲਾ ਲਈ ਸਿਰਫ ਫਰੰਟ ਅੱਛਾ ਪਿੱਛੇ ਤਰਪਾਲਾਂ ਪਾ ਲਈਆਂ ਆ ਭਾਈ ਜਹਾਜ਼ 'ਚ ਬੈਠਾ ਤੇ ਜਹਾਜ਼ ਨੂੰ ਕੋਈ ਮਸਲਾ ਬਣ ਗਿਆ ਉਹ ਕਹਿੰਦੇ ਸਾਰੇ ਆਪਣਾ ਪੈਰਾਸ਼ੂਟ ਪਾ ਕੇ ਛਾਲ ਮਾਰ ਦਿਓ ਇਹਨੇ ਛਾਲ ਮਾਰੀ ਪੈਰਾਸ਼ੂਟ ਖੁੱਲਿਆ ਨਹੀਂ ਤੇ ਮੈਨੂੰ ਕਹੀ ਜਾਵੇ ਕਹਿੰਦਾ ਜਿਹੜਾ ਪੈਰਾਸ਼ੂਟ ਨਹੀਂ ਨਾ ਖੁੱਲਿਆ ਲੱਗਦਾ ਥੱਲੇ ਗੱਡੀਆਂ ਵੀ ਨਹੀਂ ਖੜੀਆਂ ਆਪਣੀ ਮਸ਼ੂਕ ਨੂੰ ਕਹਿੰਦਾ ਪੀਜ਼ਾ ਖਾਈਏ ਉਹ ਕਹਿੰਦੀ ਤਲੇ ਨਾਨ ਖਾਣੇ ਛੱਡਤੇ ਇਹ ਵੀ ਜਹਾਜ਼ 'ਚ ਬੈਠਾ ਤੇ ਏਅਰ ਹੋਸਟਸ ਨੇ ਕਿਹਾ ਜਹਾਜ਼ 'ਚ ਖਰਾਬੀ ਹੋ ਗਈ ਆ ਪੈਰਾਸ਼ੂਟ ਬੰਨ ਕੇ ਛਾਲ ਮਾਰ ਦਿਓ ਇਹਨੇ ਸਭ ਤੋਂ ਪਹਿਲੇ ਛਾਲ ਮਾਰੀ ਉਹਨੇ ਬੂਹਾ ਬੰਦ ਕਰਤਾ ਕਹਿੰਦੇ ਬਸ ਇਹਨੂੰ ਹੀ ਕੱਢਣਾ ਸੀ ਅੱਛਾ ਇੱਕ ਜੁਗਤਬਾਜ਼ੀ ਨਹੀਂ ਲੱਗਦੀ ਇਹਨਾਂ ਦਾ ਆਪਣਾ ਕੋਈ ਰੌਲਾ ਲੱਗ ਰਿਹਾ ਬਾਹਰ ਦੇ ਮੁਲਕ ਚਲਾ ਗਿਆ ਉੱਥੇ ਜਾ ਕੇ ਜਹਾਜ਼ ਰੁਕਿਆ ਹਲੇ ਪੌੜੀ ਵੀ ਨਹੀਂ ਲੱਗੀ ਪਹਿਲਾਂ ਹੀ ਛਾਲ ਮਾਰਤੀ ਸਿਰ ਜਾਣ ਕੇ ਉਹਨੇ ਕਹਿਣਾ ਚੱਲ ਵੀ ਧਿਆਨ ਅੱਗੇ ਕਰਕੇ ਅੱਗੇ ਕਰਕੇ ਚੱਲ ਆਹੋ ਹਾਂ ਆਪਣੀ ਮਸ਼ੂਕ ਨੂੰ ਕਹਿੰਦਾ ਮੈਨੂੰ ਕੁਛ ਭੇਜ ਉਹਨੇ ਲਾਨਤ ਭੇਜ ਆ ਭਾਈ ਹਾਂ ਆ ਭਾਈ ਦੀ ਨਵੀਂ ਨਵੀਂ ਮਸ਼ੂਕ ਬਣੀ ਤੇ ਮੇਰੇ ਬੋਣੀ ਤੇ ਕਰ ਲਾ 50 ਤੇ ਲੈ ਲਾ ਅੱਛਾ ਜੀ ਚੱਲ ਤੇਰੇ ਤੁਹਾਡੇ ਕਿੰਨੇ ਹੋ ਗਏ ਨੇ 13 ਹੋ ਗਿਆ ਹੋ ਸ਼ਾਬਾਸ਼ ਗੁੱਡ ਤੂੰ ਮੇਰੇ ਨਾਲ ਆ ਕਹਿੰਦਾ 100 130 ਤੋਂ ਕਹਿੰਦਾ 100 150 ਇਹਦਾ 150 ਇਹਦਾ ਹੋ ਗਿਆ ਚਲੋ ਇੱਥੋਂ ਹਿਸਾਬ ਸ਼ੁਰੂ ਕਰਦੇ ਹਾਂ 150 ਤੁਹਾਡਾ ਹੋ ਗਿਆ ਅੱਗੋਂ ਫਿਰ 10 ਤੋਂ ਯਾਨੀ ਸ਼ੁਰੂ ਤੋਂ ਸ਼ੁਰੂ ਕਰਦੇ ਪੈਸੇ ਘਟਾਈ ਜਾ ਰਹੇ ਆਮਦ ਮਰੀ ਜਾ ਰਹੀ ਨਹੀਂ ਨਹੀਂ 150 ਤੁਹਾਡਾ ਦੋਵਾਂ ਦਾ ਆ ਭਾਈ ਨੇ ਨਵੀਂ ਨਵੀਂ ਫੇਸਬੁੱਕ ਬਣਾਈ ਤੇ ਆਪਣੀ ਮਸ਼ੂਕ ਨੇ ਕਹਿੰਦਾ ਮੈਨੂੰ ਕੁਛ ਭੇਜ ਉਹਨੇ ਸਦਕੇ ਦੀ ਸੀਡੀ ਭੇਜਤੀ ਉਹਨੇ ਉਹ ਧੋਣ ਤੇ ਲਾ ਕੇ ਫਿਰੀ ਜਾ ਰਿਹਾ ਵੱਡੇ ਵੱਡੇ ਵਾਲ ਰੱਖ ਕੇ ਤੇ ਕੁੜੀਆਂ ਦੇ ਕਾਲਜ ਅੱਗੇ ਖਲੋਤਾ ਇੱਕ ਕੁੜੀ ਨੂੰ ਆ ਕੇ ਕਹਿੰਦੀ ਵੀਰੇ ਤੇਰੇ ਸਿਰ 'ਚੋਂ ਫੋੜੇ ਹਟੇ ਨਹੀਂ ਹਲੇ ਯਾਰ ਇਹਨੇ ਬਿੱਲੂ ਥੋਥਾ ਵਾਲੀ ਹੈਂਡ ਫਰੀ ਲਾਈ ਕਿਹੜੀ ਕਿਹੜੀ ਬਿੱਲੂ ਥੋਥਾ ਵਾਲੀ ਹੈਂਡ ਉਹ ਲੱਖ ਲਾਨਤ ਓਏ ਫੇਰ ਗਈ ਕਹੀ ਗਈ ਕਹੀ ਗਈ ਉਹ ਜਿਹੜੀ ਕੰਨ 'ਚ ਹੈਂਡ ਫਰੀ ਲਾਈ ਨਹੀਂ ਨਹੀਂ ਕਿਹੜੀ ਪਹਿਲੇ ਜਿਹੜੀ ਕਹੀ ਬਿੱਲੂ ਥੋਥਾ ਵਾਲੀ ਅੱਛਾ ਬਿੱਲੂ ਟੂਥਾ ਵਾਲੀ ਹੈਂਡ ਫਰੀ ਲਾ ਲਈ ਇਹਨੇ ਭਾਈ ਲੈਪਟਾਪ ਵਾਲਾ ਬੈਗ ਪਾਇਆ ਫੁੱਲ
ਤੇ ਪਿੱਛੋਂ ਤਵੇ ਦੀ ਮੁੱਠ ਬਾਹਰ ਆਈ। ਅੱਛਾ ਜੁਗਤ ਦੀ ਜੁਗਤ ਤੇ ਲਾੜ ਦੇ ਪਿੱਛੋਂ ਉਹਦਾ ਸਟਾਈਲ ਕੈਸਾ, ਇੰਜ ਲੱਗਦਾ ਨਾਲ ਉਹਨੂੰ ਯਾਦ ਵੀ ਆ ਰਿਹਾ ਗਿਆ। ਉਹ ਮੈਂ ਦੇਖੀ ਸੀ ਪਾਣੀ, ਤੁਸੀਂ ਅੱਖਾਂ ਉਹ ਖਾਂਦੇ ਨੀ ਜੁਗਤਾਂ ਦੇ ਘਰ। 8 ਸਾਲ ਬਾਅਦ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ, ਉਹਨਾਂ ਨੇ ਮਾੜਾ ਜਿਹਾ ਬੂਹਾ ਖੋਲ ਕੇ ਇਹਨੂੰ ਕਿਹਾ, ਉਹ ਜਦੋਂ ਅਸੀਂ ਨੀ ਤੁਹਾਡੇ ਘਰ ਆਉਂਦੇ ਤੁਸੀਂ ਕੀ ਲੈਣਾ ਇੱਧਰ, ਉਹਨਾਂ ਦੀਆਂ ਥੜੀਆਂ ਤੇ ਬਹਿ ਕੇ ਆਪਣੇ ਪੱਲਿਓਂ ਬੋਤਲਾਂ ਪੀਂਦੇ ਆ। ਯਾਨੀ ਮਹਿਮਾਨ ਨਵਾਜ਼ੀ ਆਪ ਹੀ। ਆਹ ਜਿਹੜਾ ਨਾਲ ਦਾ ਵਾ ਇਹ ਦੁਕਾਨ ਤੇ ਜਾ ਕੇ ਕਹਿੰਦਾ ਯਾਰ ਜੂਸ ਦੇ, ਉਹ ਕਹਿੰਦਾ ਰਾਣੀ ਜੂਸ ਦੇ ਦਾ, ਕਹਿੰਦਾ ਨਹੀਂ ਯਾਰ ਹੋਰ ਕਿਸੇ ਬਰਾਦਰੀ ਦਾ ਦੇ। ਸਹੀ ਗੱਲ, ਪੰਨ ਵਾਲੀ ਦੁਕਾਨ ਤੇ ਜਾ ਕਹਿੰਦਾ ਕੋਈ ਜੂਠਾ ਰਾਣੀ ਜੂਸ ਨੀ ਪਿਆ। ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ, ਉਹਨਾਂ ਨੇ ਚਾਹ ਨਾਲ ਕੁੱਤਿਆਂ ਨੂੰ ਪਾਉਣ ਵਾਲੇ ਬਿਸਕੁਟ ਦੇ ਦਿੱਤੇ। ਇਹ ਕਿੱਧਰ ਨੂੰ ਗੱਲ ਤੁਰ ਪਈ ਭੈਣ? ਹਾਂਜੀ ਉੱਧਰ। ਹਾਂਜੀ, ਪਾਕਿਸਤਾਨ ਦਾ ਵਜ਼ੀਰ ਆਜ਼ਮ ਬਣ ਗਿਆ, ਇਹਦੇ ਅੱਬੇ ਨੂੰ ਇੰਨਾ ਚਾਹ ਚੜਿਆ ਘਰ ਮੱਛੀਆਂ ਦਾ ਪੈਕਟ ਬਣਤਾ ਵਜ਼ੀਰ ਆਜ਼ਮ ਬਣਨ ਦੇ। ਪਾਕਿਸਤਾਨ ਦਾ ਸਦਰ ਬਣ ਗਿਆ ਤੇ ਰਿਸ਼ਤੇਦਾਰਾਂ ਤੇ ਕੀੜਾ ਕੱਢਣ ਦੇ ਮਾਮੇ ਅੰਦਰ ਕਰਾਏ, ਤਾਇਆਂ ਦੀਆਂ ਸਵਾਰੀਆਂ ਦਿੱਤੀਆਂ, ਸਾਰੇ ਰਿਸ਼ਤੇਦਾਰ ਮਾਰ ਦਿੱਤੇ, ਸਦਾਰਤ ਦਾ ਫਾਇਦਾ ਚੁੱਕਣ ਦੇ। 50 ਕੱਟ ਲਾ, 100 ਰਹਿ ਗਿਆ। ਚਲੋ ਜੀ 400 ਰਹਿ ਗਿਆ। ਪਾਕਿਸਤਾਨ ਦਾ ਸਦਰ ਬਣ ਗਿਆ ਤੇ ਬਿਲਿੰਗ ਦਾ ਬਹੁਤ ਸ਼ੌਕ ਸੀ, ਸਾਰੇ ਰੋਡ ਭਾਈ ਬੰਦ ਕਰਕੇ ਬਿਲਿੰਗ ਕਰਨ ਦਿਆ ਸਦਰ। ਸਦਰ ਓਏ ਪਰੇ, ਸਦਰ ਸਾਹਿਬ ਆ ਰਹੇ ਨੇ। ਸਦਰ ਬਣ ਗਿਆ ਤੇ ਆਪਣੇ ਨੌਕਰ ਨੂੰ ਕਹਿੰਦਾ, ਕਹਿੰਦਾ ਜਾ ਰੈਂਬੋ ਪਾਨ ਸ਼ਾਪ ਤੇ ਉਹਨੂੰ ਕਹੀ ਸਦਰ ਦਾ ਪਾਨ ਲਾ ਦੇ। ਹਾਂਜੀ, ਇਹਦਾ ਭਾਈ ਦਾ ਮੂੰਹ ਵੇਖ ਲਓ, ਜਾਂ ਸੈਲਫੀ ਸਟਿਕ ਨਾਲ ਹੀ ਕੱਢੀ। ਟੀਵੀ ਦੇਖਣ ਦਿਆ ਕੁੜੀ ਕਹਿੰਦੀ ਇਤਿਆਦ ਕੀਜੀਏ, ਤੇ ਉਹਨੂੰ ਕਹਿੰਦਾ ਕਿਉਂ? ਫਿਰ ਕਹੀ ਕਿੱਦਾਂ ਦੁਬਾਰਾ ਸੁਣਾਈ? ਟੀਵੀ ਦੇਖਣ ਦਿਆ ਕੁੜੀ, ਮਸ਼ਹੂਰੀ ਆਈ ਕੁੜੀ ਕਹਿੰਦੀ ਇਤਿਆਦ ਕੀਜੀਏ, ਤੇ ਕਹਿੰਦਾ ਕਿਉਂ? ਕਾਥੋਂ ਐਵੇਂ? ਇਹ ਤੇ ਇਹਦਾ ਭਰਾ ਕੱਲ ਰਾਤੀ ਕੈਂਡਲ ਲਾਈਟ ਭੁੱਖੇ ਰਹੇ। ਫਿੱਟੇ ਮੂੰਹ। ਹਾਂਜੀ, ਆ ਭਾਈ ਸ਼ਵਾਰਮਾ ਲੈਣ ਗਿਆ ਤੇ ਉਹਨੂੰ ਕਹਿਣ ਦਿਆ ਸਪਾਰੀ ਨਰਮ ਭਾਈ। ਵਾਹ 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 ਵਾਹ। ਅੱਛਾ ਯਾਰ, 50 ਰੁਪਏ ਦੇ ਹੋ ਗਏ ਭੈਣ ਤੁਹਾਡੇ। ਮੇਰਾ 100। 100 ਤੇਰਾ? 450 ਮੇਰਾ। ਤੇਰਾ 450 ਕਿੱਦਾਂ ਬੇਟਿਆ? ਮੰਗਲ ਵੀ ਹੈ ਨਾ। ਲੈ ਮੰਗਲ ਵੀ ਹੈ। ਇੱਕ ਫੌਤਗੀ ਤਾਂ ਚੱਲ ਗਿਆ, ਉਹ ਕਹਿੰਦੇ ਕਿੰਨਾ ਵੇਖੋ ਮਾਸ਼ਾਅੱਲਾ ਲਾਸ਼ ਨੂੰ ਰੂਪ ਚੜਿਆ, ਕਹਿੰਦਾ ਇਹਦੇ ਹੱਥ 'ਚ 3 ਪੈਕ ਫੜਾ ਦਿਓ ਹੋਰ ਮਜ਼ਾ ਆਏਗਾ। ਹਾਂਜੀ, ਆ ਭਾਈ ਦਾ ਮੂੰਹ ਵੇਖ ਲਓ, ਲਾਸ਼ ਨੂੰ ਮੂੰਹ ਵਹਾਈ ਦਿੱਤੀ। ਪੀਜ਼ਾ ਹੱਟ ਚਲੇ ਗਿਆ ਤੇ ਉਹਨਾਂ ਨੂੰ ਜਾ ਕੇ ਕਹਿਣ ਦਿਆ ਤੁਸੀਂ ਭਲਾ ਰੋਟੀਆਂ ਵੀ ਲਾ ਲੈਂਦੇ। ਗੁੱਡ। ਇੰਨੇ ਪੰਜੇ ਪਕਾਉਂਦੇ ਹੁੰਦੇ ਸੀ, ਇੰਨੇ ਪੰਜੇ ਪਕਾਉਂਦੇ ਹੁੰਦੇ ਸੀ, ਪੰਜੇ ਖਾ ਖਾ ਕੇ ਇਹਨਾਂ ਦੀ ਜ਼ਬਾਨ ਤੇ ਝਰੀਟਾਂ ਪਈਆਂ। ਉਹ ਫਿਰਦੇ ਰਹੇ। ਉਹ ਮੇਰੇ ਮੌਲਾ, ਇਹ ਵੀ ਇਹਨਾਂ ਨੇ ਘਰ ਪੰਜੇ ਪਕਾਏ ਤੇ ਉਰਦੂ ਬੋਲਦੇ ਹੁੰਦੇ ਸੀ, ਇਹਦਾ ਭਰਾ ਕਹਿੰਦਾ ਚਲੋ ਬਈ ਸਾਲਨ ਸੇ ਸ਼ੇਕ ਹੈਂਡ ਕਰੋ। ਮੁਰਗੀ ਦੇ ਪੰਜੇ ਨੇ ਇਹਨਾਂ ਨੇ ਘਰ, ਇਹਨੇ ਏਡੀ ਸਪੀਡ ਨਾਲ ਪੰਜੇ ਖਾਂਦੇ, ਇੱਥੋਂ ਨਾ 9-12 ਇੱਕ ਵਜੇ ਲੈ ਘਰ ਗਿਆ ਭਾਈ। ਘਰਦਿਆਂ ਨੂੰ ਕਹਿੰਦਾ ਕੀ ਪਕਾਇਆ, ਉਹ ਕਹਿੰਦੇ ਆਲੂ ਪਕਾਏ, ਤੇ ਇਹਨੇ ਮਾਰਿਆ ਠੁੱਡਾ ਆਂਡੀ ਨੂੰ, ਨਿਆਣੇ ਨੂੰ ਆਵਾਜ਼ ਮਾਰ ਕਹਿੰਦਾ 20 ਰੁਪਏ ਦੀਆਂ ਆਲੂ ਵਾਲੀਆਂ ਟਿੱਕੀਆਂ ਲਿਆ। ਲੱਖ ਲਾਣ ਇਹਨਾਂ ਨੇ ਵੀ ਘਰ ਗੋਸ਼ਤ ਪਕਾਇਆ ਤੇ ਸ਼ਾਮ ਨੂੰ ਹਾਂਡੀ ਚੁੱਕ ਕੇ ਅੰਦਰ ਰੱਖਣ ਲੱਗੇ ਤੇ ਬਿੱਲੀ ਉੱਤੋਂ ਆ ਗਈ, ਕਹਿੰਦੀ ਤੁਸੀਂ ਅੱਜ ਪਕਾ ਲਿਆ, ਨਹੀਂ ਮੈਂ ਖਾਂਦੀ ਬਾਹਰ ਹੀ ਰਹਿਣ ਦੋ। ਹਾਂਜੀ, ਘਰ ਪੰਜੇ ਪਕਾ ਲਿਆ ਤੇ ਹਾਂਡੀ ਚੋਂ ਨਿਕਲ ਨਿਕਲ ਕੇ ਲਾਂਤਾ ਪਾਉਣ ਦੇ। ਭਾਈ ਨੂੰ ਪੁੱਛਿਆ ਮੈਂ ਕੰਮ ਕੀ ਕਰਦਾ, ਕਹਿੰਦਾ ਮੇਰਾ ਬੜਾ ਹਾਰਡ ਕੰਮ ਆ, ਬਹੁਤ ਹਾਰਡ ਕੰਮ ਕਰਦਾ ਮੈਂ। ਮੈਂ ਵੇਖਿਆ ਤੇ ਹਾਰਡਵੇਅਰ ਵਾਲੀ ਦੁਕਾਨ ਤੇ ਝਾੜੂ ਫੇਰਨ ਦੇ ਆ। ਹਾਂਜੀ, ਸੁਪਰਮੈਨ ਹੁੰਦਾ ਸੀ ਰਾਤ ਨੂੰ ਕਿਤੇ ਉੱਡਿਆ, ਇੱਕ ਮਹਿੰਦੀ ਤੇ ਫਾਇਰਿੰਗ ਹੁੰਦੀ ਸੀ, ਉਹਨਾਂ ਨੇ ਫਾਇਰ ਮਾਰੇ ਮਾਰ ਗਿਆ। ਉੱਤੋਂ ਤਲੇ ਡਿੱਗਿਆ। ਇਹ ਵੀ ਸੁਪਰਮੈਨ ਹੁੰਦਾ ਸੀ, ਇੰਨਾ ਪੈਦਲ ਫਿਰਦਾ ਸੀ, ਐਡੀਆਂ ਪਾਟੀਆਂ ਸੁਪਰਮੈਨ ਦੀ। ਆਹੋ ਸਹੀ ਗੱਲ ਆ। ਆ ਭਾਈ ਦਾ ਮੂੰਹ ਵੇਖ ਲਓ, ਜਿੱਦਾਂ ਉਸਤਰੇ ਨਾਲ ਜੈਮ ਲਾਈ। ਕਹਿੰਦਾ ਮੂੰਹ ਵੇਖ ਲਓ, ਉਸਤਰੇ ਨਾਲ ਜੈਮ ਲਾਈ ਹੁੰਦੀ।
150 ਹੋ ਗਿਆ ਨਹੀਂ 150 ਨਹੀਂ ਹੋ ਗਿਆ ਬੇਟੇ ਚੱਲ ਤੇਰੇ ਪਹਿਲੇ ਦੇ 50 ਸੀ ਨਾ ਉਹ ਡਾਵਾ ਡੋਲ ਸੀ ਉਹ ਪੱਕੇ ਹੋ ਗਏ ਹੁਣ ਸੁਪਰਮੈਨ ਹੁੰਦਾ ਸੀ ਤੇ ਉੱਡ ਉੱਡ ਕੇ ਮੇਲਿਆਂ ਤੋਂ ਲੰਗਰ ਖਾਂਦੇ ਆ ਇਹ ਉੱਡਦਾ ਡਾ ਗਾ ਰਿਹਾ ਮੌਲਾ ਪਾਗਲਾ ਇਹ ਵੀ ਸੁਪਰਮੈਨ ਹੁੰਦਾ ਸੀ ਇੱਕ ਦਿਨ ਫੁੱਲ ਉਤਲੀਆਂ ਹਵਾਵਾਂ ਚ ਉੱਡਣ ਦਿਆ ਬੜੀ ਤੇਜ਼ ਉੱਡਣ ਦਿਆ ਉਹ ਹਵਾ ਤੇਜ਼ ਹੋਈ ਇਹਦੇ ਕੱਪੜੇ ਪਾਟ ਗਏ ਤੇ ਕਹਿੰਦਾ ਹੁਣ ਹਨੇਰੇ ਹੋਏ ਉਤਰਾਂਗੇ ਨਹੀਂ ਸੁਪਰਮੈਨ ਜੀ ਉੱਡ ਰਿਹਾ ਤੇ ਤੇਜ਼ ਹਵਾ ਆਈ ਤੇ ਕੱਪੜੇ ਕੁੱਪੜੇ ਉੱਡ ਗਏ ਤੇ 2:30 ਰਾਤ ਦੇ ਥੱਲੇ ਉਤਰਿਆ ਜਦੋਂ ਫੁੱਲ ਹਨੇਰਾ ਹੋ ਗਿਆ ਹਾਂਜੀ ਇਹ ਵੀ ਸੁਪਰਮੈਨ ਹੁੰਦਾ ਸੀ ਭਾਈ ਇੰਨਾ ਉੱਤੇ ਚਲਾ ਗਿਆ ਇੰਨਾ ਉੱਤੋਂ ਫਰਿਸ਼ਤਿਆਂ ਨੇ ਖਿੱਚ ਲਿਆ ਇਹਨੂੰ ਨਹੀਂ ਇਹ ਸੁਪਰਮੈਨ ਸੀ ਇੰਨਾ ਉੱਤੇ ਸਪੀਡ ਨਾਲ ਗਿਆ ਫਰਿਸ਼ਤਿਆਂ ਨੇ ਵੇਖਿਆ ਉਹ ਆਪਣੀ ਮਸ਼ੂਕ ਨੂੰ ਨਹਾ ਧੋ ਕੇ ਪੁੱਛਦਾ ਅੱਜ ਮੈਂ ਕੈਸਾ ਲੱਗ ਰਿਹਾ ਉਹ ਕਹਿੰਦੀ ਜਿਹੜੀ ਉਹ ਲਾਰੀ ਅੱਡੇ ਨੀ ਬੋ ਵਾਲੀ ਕੰਧ ਉਹ ਲੱਗਣ ਦੇ ਭਾਈ ਇੱਕ ਕੁੜੀ ਨਾਲ ਡੇਟ ਤੇ ਗਿਆ ਫੁੱਲ ਉਹ ਐਂ ਕਰਕੇ ਪਰੇ ਨੂੰ ਗਈ ਆ ਮਿੱਟੀ ਦੀਆਂ ਟਰਾਲੀਆਂ ਨੰਗੀਆਂ ਫੁੱਲ ਬੁਰਾ ਹਾਲ ਹੋ ਗਿਆ ਅੱਛਾ ਯਾਰ ਜੁਗਤ ਨਹੀਂ ਹੁੰਦੀ ਇਹ ਕੋਈ ਸਿਚੁਏਸ਼ਨ ਆ ਪਜਾਮਾ ਵਾਲੀ ਆਈ ਹਾਂ ਚੀਕਣੀ ਮਿੱਟੀ ਦੀ ਟਰਾਲੀ ਨੰਗਣ ਦੀ ਤੇ ਆਪਣੇ ਜ਼ਿੰਦਾ ਪਿਓ ਨੂੰ ਪੁੱਛੀ ਜਾਂਦੇ ਆ ਲਵਾ ਲੈਂ ਤੁਹਾਡੀ ਕਬਰ ਲਈ ਪੁਲਿਸ ਵਾਲੇ ਇਹਨੂੰ ਫੜਨ ਆ ਗਏ ਤੇ ਹੱਥ ਕੜੀ ਨਹੀਂ ਲਾਈ ਬੋਰੇ 'ਚ ਪਾ ਕੇ ਲੈ ਗਏ ਮਰੇ ਬਿੱਲੀ ਆ ਫਿਟੇ ਮੂੰਹ ਹਾਂ ਰੱਖੀ ਵਾਲੇ ਨੂੰ ਕਹਿੰਦਾ ਲੈਟ ਹਸਪਤਾਲ ਜਾਣਾ ਹੀ ਉਹ ਇਹਦਾ ਮੂੰਹ ਵੇਖ ਕੇ ਕਹਿੰਦਾ ਤੈਨੂੰ ਕੀ ਹੋਇਆ ਪਾਕਿਸਤਾਨੀ ਟੀਮ ਵਾਲਿਆਂ ਨੇ ਇਹਨੂੰ ਕਿਹਾ ਸਵੇਰੇ ਆ ਜੀ ਸਟੇਡੀਅਮ ਮੈਚ ਹੀ ਅਤੇ ਹਾਕੀ ਸਟੇਡੀਅਮ ਫਿਰਦਾ ਰਿਹਾ ਅਤੇ ਸਰਫਰਾਜ਼ ਨੂੰ ਫੋਨ ਕਰ ਕਰਕੇ ਕਹਿੰਦੇ ਗੇੜਾ ਦੇ ਤਾ ਜੇ ਨਾ ਓਏ ਹਾਂਜੀ ਬਿਸਮਿਲਾ ਇਹਨਾਂ ਘਰ ਯਾਰ 50 ਰੁਪਏ ਦੀ ਖਾਤਰ ਮਿਹਨਤ ਕਰ ਰਿਹਾ ਬੱਚਾ ਇਹ ਤੇ ਘਰ ਜਾਣਾ ਬਾਈ ਖੜੀ ਮੈਂ ਖੈਰ ਤੇ ਘਰ ਜਾਣਾ ਬਾਈ ਖੜੀ ਕਹਿੰਦਾ ਯਾਰ ਕਣਕ ਸਪਾਈ 11 ਬਾਈ ਇਹਨੂੰ ਚਲਾਉਣ ਲਈ ਉਹਨਾਂ ਨੇ ਦਿੱਤੀ ਤੇ ਉਹਦੀ ਬੱਤੀ ਲਾ ਕੇ ਬੈਠਕ ਚਲਾਈ ਤੇ 11 ਬਾਈ ਉਬਰ ਤੇ ਪਾਈ ਉਹ ਫਿੱਟੇ ਮੂੰਹ ਹਾਂ ਇੱਕ ਬੰਦਾ ਇਹਨੂੰ ਕਹਿੰਦਾ ਟਾਈਮ ਕੀ ਹੋਇਆ ਕਹਿੰਦਾ ਯਾਰ ਆ ਘੜੀ ਨਹੀਂ ਪੱਟੀ ਕੀਤੀ ਆ ਸਾਊਦੀ ਅਰਬ ਚੋਰੀ ਕਰਦਾ ਫੜਿਆ ਗਿਆ ਉਹਨਾਂ ਨੇ ਬਾਂਹ ਲਾ ਦਿੱਤੀ ਤੇ ਘੜੀ ਬੰਨਣ ਦਾ ਸ਼ੌਕ ਹੁੰਦਾ ਸੀ ਇੱਥੇ ਕਿੱਲ ਠੋਕ ਕੇ ਘੜੀ ਪਾਈ ਸਾਊਦੀ ਅਰਬ ਚੋਰੀ ਕਰਦਾ ਫੜਿਆ ਗਿਆ ਉਹਨਾਂ ਨੇ ਕਿਹਾ ਇਹਦੇ ਹੱਥ ਲਾ ਦਿਓ ਤੇ ਮਾਫੀਆਂ ਮੰਗਣ ਲੱਗ ਪਿਆ ਉਹਨਾਂ ਨੇ ਕਿਹਾ ਚਲੋ ਇੱਕ ਲਾ ਦਿਓ ਇੱਕ ਉਹਨਾਂ ਨੇ ਲਾ ਦਿੱਤਾ ਤੇ ਦੂਜੇ ਨਾਲ ਕਰਨ ਦਿਆ ਉਹਨਾਂ ਨੇ ਉਹ ਵੀ ਲਾ ਦਿੱਤਾ ਤੇ ਫਿਰ ਐਂ ਕਰਨ ਦਿਆ ਉਹਨਾਂ ਨੇ ਧੋਣ ਵੀ ਲਾ ਦਿੱਤਾ ਆ ਵੀ ਚੋਰ ਹੁੰਦਾ ਸੀ ਤੇ ਨਾਲੇ ਥੋੜਾ ਥੋੜਾ ਥੱਥਾ ਵੀ ਹੁੰਦਾ ਸੀ ਇੱਕ ਬੰਦੇ ਨੂੰ ਕਹਿੰਦਾ ਤਾਂ ਅੱਛਾ ਯਾਰ ਉਹਦੀ ਗੱਲ ਨਹੀਂ ਸੁਣੀ ਇਹ ਵੀ ਚੋਰ ਹੁੰਦਾ ਸੀ ਤੇ ਨਾਲੇ ਥੋੜਾ ਥੋੜਾ ਥੱਥਾ ਵੀ ਹੁੰਦਾ ਅੱਛਾ ਉਹ ਪੰਚ ਲੈਣ ਤੇ ਪਹੁੰਚਣ ਲਈ ਕਿੰਨੀ ਸਪੀਡ ਮਾਰਦਾ ਸੀ ਇਹ ਵੀ ਚੋਰ ਹੁੰਦਾ ਸੀ ਤੇ ਨਾਲੇ ਥੋੜਾ ਥੋੜਾ ਥੱਥਾ ਵੀ ਹੁੰਦਾ ਸੀ ਚੱਲ ਆ ਥੱਥਾ ਹੁੰਦਾ ਸੀ ਤੇ ਚੋਰ ਵੀ ਹੁੰਦਾ ਸੀ ਵਾਹ ਵਾਹ ਬੇਟਾ ਕੀ ਤੂੰ ਉੱਤੋਂ ਦੀ ਆਇਆ ਚੋਰ ਹੁੰਦਾ ਸੀ ਤੇ ਥੱਥਾ ਵੀ ਹੁੰਦਾ ਸੀ ਇੱਕ ਬੰਦੇ ਨੂੰ ਖਿਲਾਰ ਕਹੀਏ ਤਦ ਦੇ ਜੋ ਬਾਹਰ ਦੇ ਮੁਲਕ ਚਲਾ ਗਿਆ ਉੱਥੇ ਇੱਕ ਅੰਗਰੇਜ਼ ਦੇ ਘਰ ਮੁੰਡਾ ਹੋਇਆ ਤੇ ਕਹਿੰਦਾ ਇਹਦਾ ਨਾਮ ਮਕਬੂਲ ਰੱਖ ਲਓ ਮਕਬੂਲ ਇਹਦਾ ਵੀ ਇੱਕ ਸੌਦੀਆ ਚੋਂ ਕਜ਼ਨ ਆਇਆ ਤੇ ਉਹਨੂੰ ਆਪਣੇ ਦੋਸਤਾਂ ਨਾਲ ਮਿਲਾਉਣ ਦਿਆ ਕਹਿੰਦਾ ਯੇ ਹੈ ਮੇਰੇ ਮਾਖਾ ਬਾਈ ਆਪਣੀ ਮਸ਼ੂਕ ਨੂੰ ਫਿਲਮ ਦਿਖਾਉਣ ਲੈ ਗਿਆ ਜਦੋਂ 2000 ਰੁਪਏ ਦੀਆਂ ਟਿਕਟਾਂ ਲੈ ਲਿਆ ਉਹ ਬੋਲ ਪਈ ਕਹਿੰਦੀ ਮੈਂ ਤੇ ਅੰਨੀ ਹਾਂ ਮੈਨੂੰ ਕਿੱਧਰ ਲੈ ਆਇਆ ਫਿਲਮ ਦਿਖਾਉਣ ਅੱਧੀ ਫਿਲਮ ਵੇਖ ਕੇ ਕਹੀ ਜਾਵੇ ਯਾਰ ਮੈਨੂੰ ਸਮਝ ਨਹੀਂ ਆਈ ਆ ਭਾਈ ਨੇ ਕੁਲਫੇ ਵਾਲੇ ਵੀ ਚਿੱਤਰ ਖਾ ਲਏ ਕਿਉਂ ਉਹਨੂੰ ਕਹਿਣ ਦਿਆ ਮੈਨੂੰ ਤੀਲੇ ਤੇ ਲਾ ਕੇ ਦੇ ਆ ਭਾਈ ਸਾਇੰਸਦਾਨ ਬਣ ਗਿਆ ਕੋਈ ਸਾਇੰਸਦਾਨ ਕੋਈ ਤਜਰਬਾ ਕਰਨ ਦਿਆ ਕੋਈ ਕੋਈ ਮੈਂ ਕਿਹਾ ਤੂੰ ਨਹੀਂ ਕੁਛ ਕਰਨ ਦਿਆ ਕਹਿੰਦਾ ਮੈਂ ਅੱਲਾ ਤੇ ਸੁੱਟੀ ਇਹ ਕਿਹੜਾ ਸਾਇੰਸਦਾਨ ਆ ਨਾਚਾ ਐਡਾ ਥੋੜ ਦਿਲਾ ਸੀ ਐਡਾ ਥੋੜ ਦਿਲਾ ਤਾਰਕ ਜੀ ਸ਼ੋਅ 'ਚ ਗਿਆ ਇੱਕ ਸਵਾਲ ਦਾ ਸਹੀ ਜਵਾਬ ਦਿੱਤਾ ਉਹਨੇ ਕਿਹਾ ਵਾਸ਼ਿੰਗ ਮਸ਼ੀਨ ਪ੍ਰੋਗਰਾਮ ਦੇ ਐਂਡ 'ਤੇ ਮਿਲ ਜਾਏਗੀ ਇਹ ਕਹਿੰਦਾ ਦੇ ਦਿਓ ਮੈਂ ਝੋਲੀ 'ਚ ਰੱਖ ਲੈਂਦਾ ਹੁਣੇ ਦੇ ਦਿਓ ਕਹਿੰਦਾ ਹੁਣੇ ਦੇ ਦਿਓ ਮੈਂ ਝੋਲੀ 'ਚ ਰੱਖ ਲੈਂਦਾ ਹਾਂ ਭਾਈ ਵਾਸ਼ ਅਤੇ ਸਾਰਾ ਪ੍ਰੋਗਰਾਮ ਮੈਂ ਪੜ੍ਹ ਕੇ ਵੇਖ ਰਿਹਾ ਹੈਗਾ ਫਿੱਟੇ ਮੂੰਹ ਆ ਭਾਈ ਉਹਨਾਂ ਨੇ ਹੈਲੀਕਾਪਟਰ ਲਿਆ ਅਤੇ ਉਹਨੂੰ ਬੱਸ ਵਾਲਾ ਹਾਰਨ ਲਾਇਆ ਯਾਰ ਭਾਈ ਨੇ ਹੈਲੀਕਾਪਟਰ ਲਿਆ ਤੈਨੂੰ ਬੱਸ ਸਾਰਾ ਹਾਰਨ ਲਾਇਆ
ਜੇਨੀ ਉੱਤੋਂ ਬਾਤ ਆ ਰਹੀ ਪੜੋ ਨਾ ਪੜੋ ਨਾ ਪੜ ਕੀ ਮਾਹੌਲ ਹੁੰਦਾ ਹੈਗਾ ਯਾਰ ਜਹਾਜ਼ ਦੇ ਆਲੇ ਦੁਆਲੇ ਫਿਰੀ ਜਾਵੇ ਮੈਂ ਕਿਹਾ ਕੀ ਕਰਨ ਡਿਆ ਕਹਿੰਦਾ ਮੈਂ ਇਹਦੀ ਕਿੱਕ ਲੱਭਣ ਡਿਆ ਜਹਾਜ਼ 'ਚ ਬਹਿ ਗਿਆ ਕੁੜੀ ਨੇ ਲਿਆ ਕੇ ਬੋਤਲ ਦਿੱਤੀ ਤੇ ਕਹਿੰਦਾ ਕਾਕੀ ਜੱਗ ਵੀ ਲਿਆ ਦੇ ਮੈਂ ਦੁੱਧ ਸੋਡਾ ਬਣਾਉਣਾ ਕਾਕੀ ਵਾਹ ਆ ਭਾਈ ਮੇਲਾ ਦਾ ਇੱਕ ਕਾਰਡ ਆਪਣੇ ਏ ਟੀ ਐਮ 'ਚ ਫਿਰੀ ਜਾਵੇ ਆ ਭਾਈ ਜਹਾਜ਼ 'ਚ ਬੈਠਾ ਤੇ ਏਅਰ ਹੋਸਟਲ ਆਈ ਕਹਿੰਦੀ ਆਪ ਕਿਆ ਲਏਗੇ ਬੋਤਲ ਕੋਲਡ ਡਰਿੰਕ ਤੇ ਕਹਿੰਦਾ ਨਾਂ ਟਿੱਕੀ ਨਹੀਂ ਹੈਗੀ ਅੱਛਾ ਇਹਨੇ ਹੁਣੇ ਬਣਾਈ ਉਹ ਗੱਲ ਕਸਮ ਕਾ ਹੁਣੇ ਨਹੀਂ ਬਣਾਈ ਆ ਬੈਂਕ 'ਚ ਵੜਿਆ ਭਾਈ ਫੁੱਲ ਟੂ ਪੀਸ ਪਾਇਆ ਤੇ ਬੰਦੇ ਵੇਖ ਵੇਖ ਕੇ ਹੱਥੀ ਆਉਣੇ ਤੇ ਪੈਰਾਂ ਨੇ ਛਾਪਰ ਫਸੇ ਯਾਰ ਫਿੱਟੇ ਮੂੰਹ ਯਾਰ ਇਹਦੇ ਕੋਲ ਇੱਕੋ ਹੀ ਦਸਾਂ ਦਾ ਨੋਟ ਤੇ ਉਹਦੇ 'ਤੇ ਦੱਥੀ ਤਰ੍ਹਾਂ ਰਬੜ ਚਾੜੀ ਫਿਰੇ ਇਹ ਕੰਨੇ ਬੰਦੇ ਨੇ ਇਹਨੂੰ ਕਿਹਾ ਮੈਨੂੰ ਸੜਕ ਪਾਰ ਕਰਾ ਦੇ ਤੇ ਉਹਨੂੰ ਅੱਧ ਵਿੱਚ ਘਰ ਲਿਆ ਕੇ ਕਹਿੰਦਾ 50 ਰੁਪਏ ਦੇ ਇੱਥੇ ਛੱਡ ਦੂੰਗਾ ਕੀ ਤੂੰ ਮਰੇ ਇਹਨੂੰ ਵੀ ਇੱਕ ਕੰਨੇ ਨੇ ਕਿਹਾ ਮੈਨੂੰ ਸੜਕ ਪਾਰ ਕਰਾ ਦੇ ਤੇ ਉਹਨੂੰ ਲੰਮੇ ਰੁੱਖ ਕਰਾਉਣ ਦਿਆ ਤੇ ਉਹਨੂੰ ਸ਼ੇਖਪੁਰੇ ਲੈ ਗਿਆ ਲੰਮੇ ਰੁੱਖ ਤੇ ਹੁਣ ਕਿੰਨੇ ਕਿੰਨੇ ਪੈਸੇ ਹੋ ਗਏ ਮੇਰਾ 850 ਰੁਪਏ 850 ਰੁਪਏ ਓਏ ਸਹੀ ਦੱਸੋ ਮਰੇ 100 ਮੇਰਾ ਹਾਂ 550 ਓਕੇ ਤੇਰਾ ਕਿੰਨਾ ਸੀ ਮੇਰਾ 1100 ਇਹ 11 ਦੋਸਤਾਂ ਲਈ ਗੱਲ ਕਰ ਮੈਂ ਨਹੀਂ ਭਾਜੀ 1100 ਹੀ ਆ ਹੈ 1100 ਹੀ ਆ ਥੱਲੋ ਥੱਲੋ ਨਾਲ ਪੀਂਦੀਆਂ ਵੀ ਘੁੱਟਣ ਦੇ ਆ ਪੈਂਦੀਆਂ ਓਏ ਤਦੀ ਮੈਂ ਕਹਾਂ ਮਰੇ ਲੋ ਜੀ ਭੈਣ ਬਹੁਤ ਅੱਛਾ ਸ਼ੋਅ ਕੀਤਾ ਇਹਨਾਂ ਨੇ ਪਸੋਲ ਕੱਢਣ ਲੱਗੇ ਭਾਨ ਆਪਸਰ ਬੜੀ ਹੋਏ ਲੋ ਜੀ ਤੁਹਾਨੂੰ ਵੀ ਪੈਣ ਐ ਤੁਹਾਡੇ ਓਏ ਹੋਏ ਤਾਲੀਆਂ ਯਾਰ ਭਰਪੂਰ ਤਾਲੀਆਂ ਐ ਪੈਣ ਨਾ ਫੜੋ ਕੀ ਕਹਿਣਾ ਚਾਹੇ ਇੰਨੇ ਪੈਸਿਆਂ ਦਾ ਕੀ ਕਰੋਗੇ ਇੰਨੇ ਪੈਸਿਆਂ ਦਾ ਰੱਖ ਹੀ ਲਾਂਗੇ ਨਿਸ਼ਾਨੀ ਦੇ ਤੌਰ ਤੇ ਪੈਣ ਨਾ ਲੋ ਹਲੇ ਪੈਣਾ ਵੀ ਇਜਾਜ਼ ਆ ਤੁਸੀਂ ਇਹਨੂੰ 10 ਰੁਪਏ ਨਾ ਸਮਝੋ ਇਹ ਤੇਰਾ ਇਲਾਜ ਆ ਇਹ ਤੁਸੀਂ 10 ਰੁਪਏ ਨਾ ਸਮਝੋ ਆ ਵੀ 10 ਪਾਓ ਇਹ 20 ਆ ਇਹਦੀ ਉਹ ਡਿਸਪੈਂਸਰੀ ਤੋਂ ਪਰਚੀ ਮਿਲਦੀ ਆਪਣਾ ਇਲਾਜ ਕਰਾ ਲਈ ਪੈਨ ਬੱਜੇ ਦੋ ਮੈਂ ਕਿਹੜਾ ਖਰਚਣੇ ਆ ਹੈਂ ਬੱਜੇ ਦੋ ਮੈਂ ਕਿਹੜਾ ਖਰਚਣੇ ਆ ਬੇਟਾ ਤੂੰ ਉਰੇ ਆ 500 ਦਾ ਨੋਟ ਤੂੰ ਇੱਕ ਜਗ੍ਹਾ ਤੇ ਰੱਖੇਗਾ ਕੋਈ 19 ਕਿਉਂ ਕੀ ਪੂਰਾ ਗਿਆ ਇਹ ਤੂੰ ਘਰ ਦੇ ਲਹਿਦਰਾ ਦਾ ਜਗ੍ਹਾ ਤੇ 5 ਨੋਟ ਰੱਖ ਮੈਂ ਰੱਖਣੇ ਨਹੀਂ ਇੱਕ ਚੁੱਕਿਆ ਜਾਏ 4 ਵੱਜ ਜਾਣ ਕਿਤੇ ਵੀ ਨਹੀਂ ਰੱਖਣੇ ਮੈਂ ਤੂੰ ਇਹਨਾਂ ਦੇ ਠੀਪੇ ਲੈ ਲਾ ਕਬਰਸਤਾਨ ਦੇ ਲਾਗੋਂ ਨੰਗਣਦੇ ਆ ਕਬਰਸਤਾਨ ਦੇ ਲਾਗੋਂ ਨੰਗਣਦੇ ਆ ਤੇ ਮੁਰਦੇ ਹੱਥਾਂ ਦੇ ਹੱਥ ਸੁੱਟ ਕੇ ਕਹਿੰਦੇ ਇਹ ਵੀ ਆਉਣ ਵਾਲੀ ਆ ਯਾਰ ਕਲੈਪ ਇਹਨਾਂ ਦੋਵਾਂ ਬੱਚੇ ਸਾਰੇ ਹਾਸੇ ਬਲਕੇ ਸਾਰੇ ਹਾਸੇ ਗੁੱਡ ਕਲੈਪ ਐ ਜ਼ਰਾ ਇੱਕ ਸ਼ਾਰਟ ਕੈਮਰਾਮੈਨ ਸਾਹਿਬ ਦਿਖਾਓ ਕਿ ਰਾਤ ਦੇ 3 ਵਜੇ ਨੇ ਔਰ ਕੀ ਸਾਡੀ ਮੁਹੱਬਤ 'ਚ ਅਸੀਂ ਕਿੱਦਾਂ ਪਿਆਰ ਨਾਲ ਅਸੀਂ ਸ਼ੋਅ ਕਰ ਰਹੇ ਨਾਰਾ ਮਾਰੋ ਪਾਕਿਸਤਾਨ